ਜਿੰਨੇ ਵੀ ਵੀਰ ਭੈਣ ਚੈਨਲ ਵੇਖ ਰਹੇ ਨੇ ਸਾਰਿਆਂ ਦਾ ਧੰਨਵਾਦ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰਿਓ ਜੀ, ਲਾਈਕ ਅਤੇ ਕਮੈਂਟ ਵੀ ਕਰਿਓ, ਅਤੇ ਸਾਰੇ ਵੀਰ ਭੈਣਾਂ ਨੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਤੇ ਸਾਰੇ ਜਾਣਿਆਂ ਨੇ ਬਹੁਤ ਸਾਰਾ ਪਿਆਰ ਜਿਹੜਾ ਮਾਣ ਤੁਸੀਂ ਦੇਣਾ ਰਲ ਕੇ, ਅਤੇ ਸਾਰੇ ਜਾਣੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਅੱਜ ਦੀ ਜਿਹੜੀ ਖਾਸ ਖਬਰ ਹੈ ਖਾਸ ਤੁਹਾਡੇ ਲਈ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅੱਜ ਤੱਕ ਇਹ ਐਲਾਨ ਨਾ ਕਿਸੇ ਸਰਕਾਰ ਨੇ ਕੀਤਾ ਅਤੇ ਨਾ ਕਰਨਾ, ਅਤੇ ਆਮ ਲੋਕਾਂ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਜਟ ਦੇ ਉੱਪਰ ਵੀ ਜਿਹੜਾ ਬਹੁਤ ਵੱਡਾ ਲੋਕਾਂ ਦਾ ਮਤਾ ਪਾਸ ਕਰਨ ਦੀ ਜਿਹੜੀ ਗੱਲ ਕੀਤੀ ਹੈ, ਅਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਦੇ ਵੱਲ ਪੰਜਾਬ ਦੇ ਲੋਕਾਂ ਦਾ ਜਿਹੜਾ ਹੱਕ ਰੱਖਿਆ ਹੈ, ਅਤੇ ਉਸ ਗੱਲ ਨੂੰ ਲੈ ਕੇ ਵੀ ਤੋਂ ਅਸੀਂ ਕਦੇ ਸੁਣਿਆ ਨਹੀਂ ਹੋਣਾ। ਪੰਜਾਬ ਦੇ ਲੋਕ ਹੀ ਬਣਾਉਣਗੇ ਹੁਣ ਪੰਜਾਬ ਦਾ ਬਜਟ, ਅਤੇ ਇਹ ਜਿਹੜੀ ਗੱਲ ਹੈ ਜੀ ਹੁਣ ਸਾਰੀ ਸਮਝ ਲਿਓ। 50-60 ਸਾਲ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ, ਪਰ ਅਖੀਰ ਲੋਕਾਂ ਨੂੰ ਅਸਲ ਗੱਲ ਸਮਝ ਆ ਗਈ ਹੈ ਕਿ ਕੁਰਬਾਨੀ ਦੇ ਨਾਂ ਦੇ ਉੱਤੇ ਉਹਨਾਂ ਨੂੰ ਠੱਗਿਆ ਜਾ ਰਿਹਾ ਹੈ। ਪੰਜਾਬ ਦੇ ਲੋਕ ਖੁਦ ਬਜਟ ਕਿਵੇਂ ਬਣਾਉਣਗੇ? ਭਗਵੰਤ ਮਾਨ ਸਰਕਾਰ ਦਾ ਇਹ ਫੈਸਲਾ ਬੜਾ ਵਧੀਆ ਹੈ ਕਿ ਲੋਕਾਂ ਤੋਂ ਹੀ ਪੁੱਛਿਆ ਜਾਏ ਕਿ ਉਹ ਕਿਹੋ ਜਿਹਾ ਬਜਟ ਚਾਹੁੰਦੇ ਨੇ, ਅਤੇ ਬਜਟ ਵਿੱਚ ਕਿਹੜੀਆਂ ਖਾਸ ਖਾਸ ਮੁੱਦਾਂ ਉਹ ਰੱਖਣੀਆਂ ਚਾਹੁੰਦੇ ਨੇ ਅਤੇ ਪਸੰਦ ਕਰਦੇ ਨੇ। ਸਰਕਾਰ ਦਾ ਫੈਸਲਾ ਬਹੁਤ ਚੰਗਾ ਹੈ, ਪਰ ਸੁਝਾਅ ਕੁਝ ਵੀ ਆਉਣ ਅੰਤ ਸਰਕਾਰ ਨੂੰ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਪੈਣਗੇ। ਲੋਕ ਤਾਂ ਉਹ ਮੰਗਾਂ ਵੀ ਬਜਟ ਤੋਂ ਮੰਗ ਸਕਦੇ ਨੇ ਜਿਨ੍ਹਾਂ ਨੂੰ ਪੂਰੀਆਂ ਕਰਨ ਦੀ ਸਮਰੱਥਾ ਮਾਨ ਸਰਕਾਰ ਵਿੱਚ ਬਿਲਕੁਲ ਵੀ ਨਹੀਂ ਹੈ। ਉਸ ਹਾਲਤ ਵਿੱਚ ਸਰਕਾਰ ਕੀ ਕਰੇਗੀ? ਇਹ ਇੱਕ ਸਵਾਲ ਹੈ ਬਹੁਤ ਵੱਡਾ। ਪਿਛਲੇ 75 ਸਾਲਾਂ ਵਿੱਚ ਸਰਕਾਰਾਂ ਨੇ ਲੋਕਾਂ ਕੋਲੋਂ ਕੁਰਬਾਨੀਆਂ ਹੀ ਮੰਗੀਆਂ ਨੇ, ਅਤੇ ਇਹ ਕਹਿ ਕੇ ਮੰਗਦੇ ਰਹੇ ਨੇ ਕਿ ਥੋੜ੍ਹੀ ਜਿਹੀ ਕੁਰਬਾਨੀ ਹੋਰ ਦਿੱਤੀ ਜਾਵੇ, ਹਿੰਦੁਸਤਾਨ ਵਿੱਚ ਸਵਰਗ ਆ ਜਾਏਗਾ ਅਤੇ ਹਿੰਦੁਸਤਾਨ ਦਾ ਹਰ ਨਾਗਰਿਕ ਵੀ ਉਸ ਤਰ੍ਹਾਂ ਦੀ ਖੁਸ਼ਹਾਲੀ ਵੇਖ ਸਕੇਗਾ ਜਿਸ ਤਰ੍ਹਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਬਰਤਾਨੀਆ ਅਮਰੀਕਾ ਦੇ ਲੋਕ ਵੇਖ ਰਹੇ ਨੇ। ਕਿਉਂਕਿ ਪਹਿਲਾਂ ਉਹ ਵੀ ਗਰੀਬ ਸੀ, ਪਰ ਆਮ ਲੋਕਾਂ ਨੇ ਕੁਰਬਾਨੀ ਦੇ ਕੇ ਆਪਣੀਆਂ ਸਰਕਾਰਾਂ ਦੇ ਹੱਥ ਮਜ਼ਬੂਤ ਕੀਤੇ, ਅਤੇ ਸਰਕਾਰਾਂ ਨੇ ਹਰ ਦੇਸ਼ ਵਾਸੀ ਦੇ ਵਿਹੜੇ ਵਿੱਚ ਖੁਸ਼ਹਾਲੀ ਲਿਆਉਣ ਦੇ ਪ੍ਰੋਗਰਾਮ ਵੱਲ ਧਿਆਨ ਦੇ ਕੇ ਅਖੀਰ ਹਰ ਦੇਸ਼ ਵਾਸੀ ਦਾ ਜੀਵਨ ਸੁਖਮਈ ਬਣਾ ਦਿੱਤਾ ਹੈ। 50-60 ਸਾਲ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ, ਅਖੀਰ ਲੋਕਾਂ ਨੂੰ ਅਸਲ ਗੱਲ ਹੁਣ ਸਮਝ ਆ ਗਈ ਹੈ ਕਿ ਕੁਰਬਾਨੀ ਦੇ ਨਾਂ 'ਤੇ ਉਹਨਾਂ ਨੂੰ ਠੱਗਿਆ ਜਾ ਰਿਹਾ ਸੀ, ਅਤੇ ਅਮੀਰਾਂ ਦਾ ਇੱਕ ਵੱਖਰਾ ਹਿੰਦੁਸਤਾਨ ਸਿਰਜਿਆ ਜਾ ਰਿਹਾ ਸੀ ਜਿਸ ਦਾ ਹਰ ਧੰਨਾ ਸੇਠ ਅਮੀਰ ਤੋਂ ਅਮੀਰ ਹੁੰਦਾ ਜਾ ਰਿਹਾ ਸੀ, ਅਤੇ ਕੁਰਬਾਨੀ ਦੇਣ ਵਾਲੇ ਉਸੇ ਅਨੁਪਾਤ ਨਾਲ ਗਰੀਬ ਤੋਂ ਗਰੀਬ ਹੁੰਦੇ ਜਾ ਰਹੇ ਸੀ। ਗਰੀਬ ਹਿੰਦੁਸਤਾਨ ਅੰਦਰ ਰੋਸ ਜਾਗ ਪਿਆ ਅਤੇ ਉਸਨੇ ਰਾਜ ਸਿੰਘਾਸਨ ਵੋਟ ਦੇ ਸਹਾਰੇ ਉਲਟਾਉਣੇ ਸ਼ੁਰੂ ਕਰ ਦਿੱਤੇ। ਹੁਣ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਅਸੀਂ ਖੁਦ ਪੰਜਾਬ ਨੂੰ ਖੁਦ ਇਹੋ ਜਿਹਾ ਸਵਰਗੀਆ ਪੰਜਾਬ ਬਣਾਵਾਂਗੇ ਜਿਸ ਪੰਜਾਬ ਦੀਆਂ ਤੁਸੀਂ ਸਿਰਫ ਗੱਲਾਂ ਹੀ ਸੁਣੀਆਂ ਹੋਣਗੀਆਂ, ਜਿਸ ਪੰਜਾਬ ਨੂੰ ਤੁਸੀਂ ਦੇਖਿਆ ਹੋਵੇਗਾ, ਜਿਸ ਪੰਜਾਬ ਦੀਆਂ ਤੁਸੀਂ ਗੱਲਾਂ ਕੇਵਲ ਟੀਵੀਆਂ ਜਾਂ ਫਿਲਮਾਂ ਦੇ ਵਿੱਚ ਹੀ ਸੁਣੀਆਂ ਹੋਣਗੀਆਂ, ਪਰ ਅਸਲ ਦੇ ਵਿੱਚ ਉਹ ਤੋਂ ਵੀ ਕਿਤੇ ਵੱਧ ਸੋਹਣਾ ਪੰਜਾਬ ਜਿਹੜਾ ਅਸੀਂ ਬਣਾਵਾਂਗੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ, ਅਤੇ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਖੁਸ਼ੀ ਪ੍ਰਦਾਨ ਕੀਤੀ ਜਾਊਗੀ ਜਿਸ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਦਿੱਕਤ ਨਹੀਂ ਆਊਗੀ, ਪਰੇਸ਼ਾਨੀ ਨਹੀਂ ਆਊਗੀ। ਇਸ ਨਾਲ ਆਮ ਲੋਕਾਂ ਦੇ ਉੱਪਰ ਵੀ ਸਾਡਾ ਧਿਆਨ ਬਣਿਆ ਰਹੂਗਾ ਅਤੇ ਆਮ ਲੋਕਾਂ ਦਾ ਪਿਆਰ ਜਿਹੜਾ ਸਰਕਾਰ ਨਾਲ ਬਣਿਆ ਰਹੂਗਾ। ਇਸ ਕਰਕੇ ਮਾਨ ਸਰਕਾਰ ਇਹ ਜਿਹੜੇ ਫੈਸਲੇ ਨੇ ਲਗਾਤਾਰ ਇਹਨਾਂ ਫੈਸਲਿਆਂ ਨੂੰ ਜਿਹੜੇ ਨੇ ਲੈਂਦੇ ਨਜ਼ਰ ਆ ਰਹੇ ਨੇ, ਅਤੇ ਲੋਕਾਂ ਨੂੰ ਕਿਵੇਂ ਖੁਸ਼ ਕਰਨਾ ਇਹਨਾਂ ਚੀਜ਼ਾਂ ਦੇ ਉੱਪਰ ਵੀ ਪੂਰਾ ਫੋਕਸ ਜਿਹੜਾ ਮਾਨ ਸਰਕਾਰ ਹੁਣ ਕਰਦੀ ਨਜ਼ਰ ਆ ਰਹੀ ਹੈ। ਅਤੇ ਆਖਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸੋਚ ਲੈਣੀਆਂ ਚਾਹੀਦੀਆਂ ਨੇ, ਸਾਡੇ ਲੋਕ ਵੀ ਸੋਚ ਲੈਣ। ਜੇ ਹੁਣ ਪੰਜਾਬ ਦੇ ਲੋਕ, ਜੇ ਹੁਣ ਮੰਨ ਲਓ ਸਾਡੀ ਕੋਈ ਮੰਗ ਨਹੀਂ, ਜ਼ਰੂਰੀ ਨਹੀਂ ਵੀ ਬਾਕੀ ਲੋਕਾਂ ਦੀਆਂ ਕੋਈ ਮੰਗਾਂ ਨਾ ਹੋਣ, ਜੇ ਪੰਜਾਬ ਦਾ ਬਜਟ ਆਮ ਲੋਕਾਂ ਨੂੰ ਪੁੱਛ ਕੇ ਬਣਨ ਲੱਗ ਪਿਆ, ਤਾਂ ਯਾਦ ਰੱਖਿਓ ਆਮ ਲੋਕ ਅਜਿਹੀਆਂ ਮੰਗਾਂ ਵੀ ਵਿੱਚ ਰੱਖ ਦੇਣਗੇ ਜਿਨ੍ਹਾਂ ਦਾ ਬਜਟ ਨਾਲ ਕੋਈ ਲੈਣਾ ਦੇਣਾ ਨਹੀਂ ਹੋਊਗਾ। ਅਤੇ ਕੁਝ ਬਜਟ ਦੇ ਲਈ ਪੰਜਾਬ ਦੇ ਕੁਝ ਨੁਮਾਇੰਦੇ ਚੁਣੇ ਜਾਣ, ਕੁਝ ਲੋਕ ਚੁਣੇ ਜਾਣ ਜਿਹੜੇ ਬਜਟ ਦੇ ਉੱਪਰ ਸਭ ਤੋਂ ਵੱਧ ਲੋੜ ਹੈ ਕੰਮ ਕਰਨ ਦੀ, ਉਹੋ ਜਿਹੇ ਤਰੀਕੇ ਅਪਣਾਏ ਜਾਣ
ਅਤੇ ਇਸ ਵਰਗ ਆਪ ਵਰਗੀਆਂ ਪਾਰਟੀਆਂ ਜੋ ਇਸ ਰੋਸ ਪੂਰਨ ਤੌਰ ਵਿੱਚ ਸੱਤਾ ਵਿੱਚ ਆਈਆਂ ਨੇ ਉਹ ਬਹੁਤ ਕੁਝ ਮੁਫਤ ਦੇਣ ਦੇ ਵਾਅਦੇ ਕਰਕੇ ਆਈਆਂ ਨੇ ਅਤੇ ਜਨਤਾ ਨੂੰ ਪੁੱਛਣਗੀਆਂ ਤਾਂ ਜਨਤਾ ਹੋਰ ਕੁਰਬਾਨੀ ਦੇਣ ਦੀ ਗੱਲ ਨਹੀਂ ਸੁਣੇਗੀ ਸਗੋਂ ਹੋਰ ਰਿਆਇਤਾਂ ਅਤੇ ਹੋਰ ਮੁਫਤ ਚੀਜ਼ਾਂ ਬਜਟ ਦੇ ਵਿੱਚੋਂ ਮੰਗਣਾ ਸ਼ੁਰੂ ਕਰ ਦੇਗੀ ਸਰਕਾਰ ਲਈ ਇਹ ਮੰਗਾਂ ਪੂਰੀਆਂ ਕਰਨੀਆਂ ਸੰਭਵ ਨਹੀਂ ਹੋਣਗੀਆਂ ਇਸ ਲਈ ਫੌਰੀ ਤੌਰ 'ਤੇ ਸਰਕਾਰ ਨੂੰ ਆਪ ਹੀ ਫੈਸਲਾ ਲੈਣਾ ਚਾਹੀਦਾ ਹੈ ਅਤੇ ਲੈਣਾ ਹੋਵੇਗਾ ਲੈਣਾ ਪਊਗਾ ਫੈਸਲਾ ਅਤੇ ਪਹਿਲ ਦੇ ਤੌਰ 'ਤੇ ਕੀ ਕੰਮ ਕੀਤੇ ਆ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਵੀ ਖਰਾ ਉਤਰਿਆ ਜਾ ਸਕਦਾ ਅਤੇ ਪੰਜਾਬ ਦੀ ਆਰਥਿਕਤਾ ਅਤੇ ਹੋਰ ਜ਼ਿਆਦਾ ਭਾਰ ਪਾਉਣਾ ਵੀ ਜ਼ਰੂਰੀ ਨਹੀਂ ਹੋਵੇਗਾ ਇਸ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ ਸਾਡੇ ਜਾਚੀ ਜਨਤਾ ਤੋਂ ਵਾਹ ਵਾਹ ਲੈਣ ਦੇ ਛੋਟੇ ਮੋਟੇ ਢੰਗ ਤਰੀਕੇ ਲੱਭਣ ਨਾਲੋਂ ਇੱਕ ਵੱਡਾ ਕਦਮ ਚੁੱਕ ਲਿਆ ਜਾਏ ਤਾਂ ਚੰਗੇ ਤੋਂ ਚੰਗੇ ਬਜਟ ਨਾਲੋਂ ਵੀ ਚੰਗਾ ਉਹ ਜਾਦੂ ਸਰਕਾਰ ਦੇ ਹੱਥ ਵਿੱਚ ਆ ਜਾਏਗਾ ਜਿਸ ਦੇ ਸਾਹਮਣੇ ਹੋਰ ਕੋਈ ਚੀਜ਼ ਟਿਕ ਨਹੀਂ ਸਕੇਗੀ ਇਹਦੇ ਵਿੱਚ ਬਹੁਤ ਵੱਡੀ ਸਾਨੂੰ ਗੱਲ ਸੋਚਣੀ ਪਵੇਗੀ ਕੀ ਹੈ ਉਹ ਜਾਦੂ ਧਿਆਨ ਨਾਲ ਸੁਣ ਲਿਓ ਸਰਕਾਰ ਦੇ ਜਿਹੜੇ ਪ੍ਰਤੀਨਿਧ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਜਦ ਤੱਕ ਪੰਜਾਬ ਸਿਰ ਬਾਦਲ ਕੈਪਟਨ ਸਰਕਾਰਾਂ ਦਾ ਚਾੜਿਆ ਹੋਇਆ 300 ਕਰੋੜ ਦਾ ਕਰਜ਼ਾ ਨਹੀਂ ਉਤਾਰਿਆ ਜਾਂਦਾ ਤਦ ਤੱਕ ਚੰਗੇ ਤੋਂ ਚੰਗਾ ਕਦਮ ਵੀ ਬੇਸਬਰੀ ਹੋਈ ਪਈ ਜਨਤਾ ਨੂੰ ਖੁਸ਼ ਨਹੀਂ ਕਰ ਸਕੇਗਾ ਇਸ ਗੱਲ ਦਾ ਧਿਆਨ ਰੱਖਿਆ ਜਾਏ ਅੱਜ ਦੀ ਹਾਲਤ ਤਾਂ ਇਹ ਹੈ ਕਿ ਕਰਜ਼ਾ ਤਾਂ ਕਿਸੇ ਨੇ ਕੀ ਉਤਾਰਨਾ ਇਸ ਦੀ ਸਾਲਾਨਾ ਵਿਆਜ ਦੀ ਕਿਸ਼ਤ ਵੀ ਹੋਰ ਕਰਜ਼ਾ ਚੁਕਾ ਕੇ ਭੁਗਤਾਈ ਜਾ ਰਹੀ ਹੈ ਅਜਿਹੇ ਵਿੱਚ ਸਰਕਾਰ ਜਨਤਾ ਨੂੰ ਹੋਰ ਕੁਝ ਦੇਵੇਗੀ ਤਾਂ ਹੋਰ ਕਰਜ਼ਾ ਚੜ੍ਹਾ ਕੇ ਹੀ ਦੇਵੇਗੀ ਤਾਂ ਇੰਨਾ ਕਰਜ਼ਾ ਚੜ੍ਹ ਜਾਏਗਾ ਜਿਸ ਨਾਲ ਉਸ ਕਰਜ਼ੇ ਵਿੱਚ ਹੀ ਡੁੱਬ ਜਾਏਗਾ ਪੰਜਾਬ ਅਰਥਾਤ ਦਿਵਾਲੀਆ ਹੋ ਜਾਏਗਾ ਪੰਜਾਬ ਇਹ ਗੱਲ ਨੂੰ ਸਮਝਣਾ ਅਤਿ ਜ਼ਰੂਰੀ ਹੋਵੇਗਾ ਕਿਉਂਕਿ ਜੇ ਪੰਜਾਬ ਦਿਵਾਲੀਆ ਹੋ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਹੋਰ ਬਚੂਗਾ ਕੀ ਜੇ ਪੰਜਾਬ ਦਿਵਾਲੀਆ ਹੋ ਗਿਆ ਤਾਂ ਪੰਜਾਬ ਨੂੰ ਤਾਂ ਆਰਥਿਕ ਮੰਦੀ ਨੇ ਹੀ ਮਾਰ ਲੈਣਾ ਅਤੇ ਲੋਕਾਂ ਦੀਆਂ ਵੱਧ ਤੋਂ ਵੱਧ ਜਿਹੜੀਆਂ ਪੰਜਾਬ ਨੂੰ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਅਤੇ ਲੀਡਰਾਂ ਨੇ ਜੋ ਵਾਅਦੇ ਕੀਤੇ ਹੋਏ ਨੇ ਉਹ ਕਿੱਥੋਂ ਪੂਰੇ ਹੋ ਸਕਣਗੇ ਇਸ ਗੱਲ ਨੂੰ ਸੋਚ ਲੈਣਾ ਸਮਝ ਲੈਣਾ ਅਤਿ ਜ਼ਰੂਰੀ ਬਣ ਜਾਂਦਾ ਹੈ ਪੰਜਾਬ ਦੇ ਉੱਪਰ ਬਹੁਤ ਵੱਡਾ ਜਿਹੜਾ ਅਸਰ ਪੈਣਾ ਆ ਜੋ ਅਸੀਂ ਸਪੋਕਸਮੈਨ ਵੱਲੋਂ ਇੱਕ ਪੂਰੀ ਯੋਜਨਾ ਬਣਾ ਕੇ ਦਿੱਤੀ ਹੈ ਕਿ ਕਿਵੇਂ ਇਹ ਕਰਜ਼ਾ 2 ਸਾਲਾਂ ਵਿੱਚ ਪੂਰੇ ਦਾ ਪੂਰਾ ਉਤਾਰਿਆ ਜਾ ਸਕਦਾ ਫਿਰ ਲੋਕਾਂ ਨੂੰ ਸਭ ਕੁਝ ਦਿੱਤਾ ਜਾ ਸਕਦਾ ਜੋ ਮੰਗਦੇ ਨੇ ਪਰ ਪਹਿਲਾਂ ਦੇ ਵਾਅਦੇ ਕਰਜ਼ਾ ਵਧਾਏ ਬਿਨਾਂ ਕਿਸੇ ਹਾਲਤ ਵਿੱਚ ਪੂਰੇ ਨਹੀਂ ਕੀਤੇ ਜਾ ਸਕਦੇ ਸੋ ਬਜਟ ਤੋਂ ਅੱਗੇ ਜਾ ਕੇ ਕਰਜ਼ਾ ਉਤਾਰਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਨਾ ਉਤਾਰਿਆ ਗਿਆ ਤਾਂ ਵਿਕਾਸ ਦੇ ਸਾਰੇ ਰਾਹ ਵੀ ਬੰਦ ਹੋ ਜਾਣੇ ਲਾਜ਼ਮੀ ਹੋ ਜਾਣਗੇ ਪਰ ਜੇ ਕਰਜ਼ਾ ਉਤਰ ਗਿਆ ਤਾਂ ਸਰਕਾਰ ਨੂੰ ਲੋਕਾਂ ਦੇ ਦਿਲ ਜਿੱਤਣ ਲਈ ਅਗਲੇ 10-15 ਸਾਲ ਹੋਰ ਕੁਝ ਨਹੀਂ ਕਰਨਾ ਪਊਗਾ ਇਸ ਗੱਲ ਵੱਲ ਬਹੁਤ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਆਪਾਂ ਨੂੰ ਪੂਰਾ ਇਸ ਗੱਲ ਦਾ ਸਮਰਥਨ ਕਰਨਾ ਚਾਹੀਦਾ ਕਿ ਆਪਾਂ ਇਹ ਚੀਜ਼ ਦੀ ਮੰਗ ਉਠਾਈਏ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ